ਵਾਹਿਗੁਰੂ ਹਰ ਹਰ ਜਾ
कीर्त प्राप्त की गाओ मेरी रसना।
सत नाम वाहे गुरु
बंधन तोड़े
सा सेवा की सफल जित सतगुर का मन मने जा सतगुर का मन मने ता पाप के संबल बने सतनाम वाहे गुरु सतनाम वाहे गुरु तेरे बस तेरा कर भला तेरे कर आनंद बधाए तुद कर माण महता तेज अपना आप जर सर्व कला भरपूर दिस जत कथा
ਨਾਨਕ ਦਾਸ ਦਾਸ ਤੁਧਿਆ ਗਏ ਬਿਨਵਤਾ। ਕੋਟਾਨ ਕੋਟ ਧੰਨਵਾਦ ਸਤਿਗੁਰ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਪਿਛਲੇ ਕੁਝ ਦਿਨਾਂ ਤੋਂ ਇਸ ਸਥਾਨ ਤੇ ਆਪ ਜੀ ਦੀ ਗੁਰਬਾਣੀ ਕੀਰਤਨ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਰੋਜ਼ਾਨਾ ਹੀ ਭਰਵੀਂ ਹਾਜ਼ਰੀ ਭਰਦਿਆਂ ਹੋਇਆਂ ਅਸੀਸਾਂ ਬਖਸ਼ਿਸ਼ ਕਰਦਿਆਂ ਹੋਇਆ ਕੀਰਤਨ ਦੇ ਪੂਰੇ ਲਾਹੇ ਲਏ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਮਹਾਨ ਗੁਰਸਥਾਨ ਦੇ ਸਾਰੇ ਪ੍ਰਬੰਧਕ ਵੀਰ, ਸਾਰੇ ਸੇਵਾਦਾਰ ਵੀਰ, ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਇਹ ਸਾਰੇ ਹੀ ਸੁੰਦਰ ਸਮਾਗਮ ਇੱਥੇ ਉਲੀਕੇ ਜਾਂਦੇ ਹਨ, ਸਾਡੇ ਨੌਜਵਾਨ ਵੀਰ ਭਾਈ ਦਵਿੰਦਰ ਸਿੰਘ ਜੀ ਅਤੇ ਮੇਰੇ ਬਹੁਤ ਪਰਮ ਪਿਆਰੇ ਵੀਰ ਬਲਦੀਪ ਸਿੰਘ ਜੀ, ਜਿਹੜੇ ਰਲ ਮਿਲ ਕੇ ਸਾਰੇ ਪ੍ਰੋਗਰਾਮ ਉਲੀਕਦੇ ਹਨ ਅਤੇ ਦਾਸਾਂ ਨੂੰ ਵੀ ਆਪ ਜੀ ਦੇ ਦਰਸ਼ਨ ਕਰਨ ਦਾ ਹੁਕਮ ਕਰਦੇ ਹਨ। ਆਪ ਜੀ ਵੱਲੋਂ ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਇੰਨੀ ਹਾਜ਼ਰੀ ਸੇਵਾ ਪ੍ਰਵਾਨ ਕਰਨੀ ਜੀ, ਅੱਜ ਦੂਸਰੇ ਪਿਤਾ ਸਾਹਿਬ ਸ਼੍ਰੀ ਗੁਰੂ ਪੰਡਿਤ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ, ਆਪਣੇ ਚਰਨਾਂ ਦਾ ਪਿਆਰ ਓਟ ਆਸਰਾ ਬਖਸ਼ਿਸ਼ ਕਰਨ। ਆਓ ਆਪ ਜੀ ਬੜੇ ਪਿਆਰ ਨਾਲ ਹੁਣ ਅਗਲਾ ਪ੍ਰਭ ਨੂੰ ਸਰਵਣ ਕਰੋ। ਅਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।